ਬੱਚਾ ਆਪਣੇ ਵੀਜ਼ਾ ਹਾਸਲ ਕਰਨ ਦੇ ਲਈ ਕਿਸੇ ਐਜੂਕੇਸ਼ਨ ਕੰਸਲਟੈਂਟ ਕੋ ਜਾਂਦਾ ਹੈ ਹਰ ਕੇਜਨ ਨਹੀਂ ਦਿਲਾ ਸਕਦਾ ਤੁਹਾਡਾ ਵੀਜ਼ਾ ਗ੍ਰਾਂਟ ਹੋ ਜਾਊਗਾ ਵੀਜ਼ਾ ਗ੍ਰਾਂਟ ਹੋ ਜਾਊਗਾ ਬਟ ਪੰਜਾਬ ਵਾਟ ਟੂਰਨ ਦੇ ਹੱਥ ਆਇੰਦ ਵੀਜ਼ਾ ਰਿਫਿਊਜ਼ ਸੁਪਨਾ ਸੀਗਾ ਵੀਜ਼ਾ ਹਾਸਲ ਕਰਨ ਦਾ ਉਹ ਸੁਪਨਾ ਸੁਪਨਾ ਰਹਿ ਕੇ ਵੀਜ਼ਾ ਰਿਫਿਊਜ਼ਲ ਹਾਸਲ ਹੋਈ ਛੋਟੀਆਂ ਛੋਟੀਆਂ ਗਲਤੀਆਂ ਜਿਦੇ ਕਰਕੇ ਵੀਜ਼ਾ ਰਿਫਿਊਜ਼ ਹੁੰਦੇ ਨੇ ਫੋਰਸ ਰਿਲੇਵੈਂਟ ਹੋਏਗਾ ਤੇ ਕੈਨੇਡਾ ਵੀਜ਼ਾ ਦਿੰਦਾ ਅਦਰਵਾਈਜ਼ ਕੈਨੇਡਾ ਵੀਜ਼ਾ ਨਹੀਂ ਦਿੰਦਾ ਸੋ ਆਪਣਾ ਏਜੰਟ ਬੜਾ ਤਰੀਕੇ ਨਾਲ ਚੂਜ਼ ਕਰੋ ਸਪਨੇ ਦਾ ਦੇਸ਼ ਵੀਜ਼ਾ ਦਾ ਦੇਸ਼ ਕੈਨੇਡਾ ਹਰ ਇੱਕ ਵਿਦਿਆਰਥੀ ਆਪਣੀ ਪੜ੍ਹਾਈ ਕਰਦਾ ਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੀ ਵਧੇਰੀ ਪੜ੍ਹਾਈ ਦੇ ਲਈ ਆਪਣੀ ਸੈਟਲਮੈਂਟ ਦੇ ਲਈ ਉਹ ਕੈਨੇਡਾ ਜਾਣਾ ਚਾਹੁੰਦਾ ਹੈ ਐਜੂਕੇਸ਼ਨ ਕੰਪਲੀਟ ਹੋਈ IELTS APT ਕੀਤੀ ਉਸ ਤੋਂ ਬਾਅਦ ਆਪਣੀ ਫਰਦਰ ਐਜੂਕੇਸ਼ਨ ਕਰਨੀ ਹੈ ਸੋਚੇ ਸੇ ਬੱਚੇ ਦਾ ਸੁਪਨਾ ਹੁੰਦਾ ਤੇ ਉੱਥੇ ਉਹਦੇ ਪਰਿਵਾਰਕ ਮੈਂਬਰਾਂ ਦਾ ਵੀ ਸੁਪਨਾ ਹੁੰਦਾ ਹੈ ਕਿ ਸਾਡਾ ਪਰਿਵਾਰਕ ਮੈਂਬਰ ਸਾਡੇ ਘਰ ਦਾ ਜੀ ਵਿਦੇਸ਼ ਚ ਜਾ ਕੇ ਪੜ੍ਹਾਈ ਕਰੇ ਚੰਗੀ ਪੜ੍ਹਾਈ ਦੇ ਨਾਲ ਨਾਲ ਚੰਗਾ ਕੰਮ ਕਰੇ ਤੇ ਉੱਥੋਂ ਦੀ ਨਾਗਰਿਕਤਾ ਹਾਸਲ ਕਰੇ ਸੋ ਇਹ ਜਿਹੜੀ ਸਪਨਿਆਂ ਦੀ ਇਮਾਰਤ ਹੈ ਉਹ ਇਮਾਰਤ ਖੜੀ ਕਰਨ ਦੇ ਲਈ ਕਿਸੇ ਬਿਲਡਰ ਦੇ ਕੋਲ ਜਿੱਦਾ ਜਾਂਦੇ ਹੋ ਸੇਮ ਇਸੇ ਤਰੀਕੇ ਦੇ ਨਾਲ ਕਿ ਬੱਚਾ ਆਪਣੇ ਵੀਜ਼ਾ ਹਾਸਲ ਕਰਨ ਦੇ ਲਈ ਕਿਸੇ ਐਜੂਕੇਸ਼ਨ ਕੰਸਲਟੈਂਟ ਕੋ ਜਾਂਦਾ ਹੈ ਸੋ ਉਸ ਸਪਨਾ ਪੂਰਾ ਕਰਨ ਲਈ ਉਹਦੇ ਢਾਂਚੇ ਦੀ ਵੇਟ ਕਰਦਾ ਜੀ ਸੋ ਜਦੋਂ ਉਹ ਚੀਜ਼ ਤਰੀਕੇ ਨਾਲ ਬਣਾਈ ਜਾਂਦੀ ਹੈ ਤੇ ਇਮਾਰਤ ਸੋਹਣੀ ਖੜੀ ਹੁੰਦੀ ਹੈ ਜੇ ਉਹ ਕਾਰੀਗਰੀ ਮਾੜਾ ਹੋਊਗਾ ਤੇ ਇਮਾਰਤ ਥੋੜੇ ਟਾਈਮ ਦੇ ਵਿੱਚ ਟਾਇਆ ਜਾਂਦੀ ਹੈ ਇਸ ਤਰੀਕੇ ਦੇ ਨਾਲ ਜਦੋਂ ਵੀਜ਼ਾ ਐਪਲੀਕੇਸ਼ਨ ਕਿਸੇ ਚੰਗੇ ਕੰਸਲਟੈਂਟ ਦੇ ਕੋਲ ਕੀਤੀ ਜਾਂਦੀ ਹੈ ਤਾਂ ਵੀਜ਼ੇ ਹਾਸਲ ਹੁੰਦੇ ਆ ਆਦਰਵਾਇਜ਼ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ ਸੋ ਛੋਟੀਆਂ-ਛੋਟੀਆਂ ਚੀਜ਼ਾਂ ਛੋਟੀਆਂ-ਛੋਟੀਆਂ ਬਰੀਕੀਆਂ ਤੇ ਛੋਟੀਆਂ-ਛੋਟੀਆਂ ਗਲਤੀਆਂ ਜਿਹਦੇ ਕਰਕੇ ਵੀਜ਼ਾ ਰਿਫਿਊਜ਼ ਹੁੰਦੇ ਨੇ ਅੱਜ ਕੁਝ ਸਟੂਡੈਂਟ ਦੀ ਸਟੋਰੀ ਸ਼ੇਅਰ ਕਰਨਾ ਚਾਹੁੰਗਾ ਕਿ ਇਹ ਸਟੂਡੈਂਟਸ ਨਾਲ ਜਦੋਂ ਕਾਉਂਸਲਿੰਗ ਹੋਈ ਹੈ ਬੱਚਿਆਂ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਕਿ ਇਹ ਐਕਸਪੀਰੀਅੰਸ ਦੇ ਨਾਲ ਜੋ ਬੱਚੇ ਹਰਾਸ ਹੋਏ ਆ ਜੋ ਸਮਾਂ ਬਰਬਾਦ ਹੋਇਆ ਇੱਕ ਸੁਪਨਾ ਸੀਗਾ ਵੀਜ਼ਾ ਹਾਸਲ ਕਰਨ ਦਾ ਉਹ ਸੁਪਨਾ ਸੁਪਨਾ ਰਹਿ ਕੇ ਵੀਜ਼ਾ ਰਿਫਿਊਜ਼ਲ ਹਾਸਲ ਹੋਈ ਹੈ ਸੋ ਕਿਹੜੇ ਕਾਰਨ ਰਹੇ ਉਹਨਾਂ ਦੇ ਵਿੱਚ ਬੱਚੇ ਦਾ ਮੈਂ ਨਾਮ ਨਹੀਂ ਲਵਾਂਗਾ ਪਹਿਲਾ ਕੇਸ ਜਿਹੜੀ ਇਹ ਆ ਜੀ ਪਲੱਸ 2 ਕੀਤੀ ਹੈ ਬੱਚੇ ਨੇ 2020 ਕਾਮਰਸ ਵਿੱਚ 86% ਉਸ ਤੋਂ ਬਾਅਦ 21 ਦੇ ਵਿੱਚ ਬੱਚੇ ਨੇ ਐਪਲੀਕੇਸ਼ਨ ਪ੍ਰੋਸੈਸ ਕੀਤੀ ਮਾਈਲਸਟੋਨ ਕਾਲਜ ਕਾਮਰਸ ਵਾਲਾ ਸਟੂਡੈਂਟ ਉਹਨੂੰ ਏਜੰਟ ਰਿਕੋਰਡਸ ਦਾ ਕੰਪਿਊਟਿੰਗ ਸਪੋਰਟ ਜਿਹਦੇ ਵਿੱਚ ਵੀਜ਼ਾ ਬੱਚੇ ਦੇ ਪਹਿਲੀ ਰਿਫਿਊਜ਼ਲ ਆਈ ਦੂਜੀ ਵਾਰ ਸੇਮ ਐਪਲੀਕੇਸ਼ਨ 14 ਅਪ੍ਰੈਲ 2022 ਨੂੰ ਪ੍ਰੋਸੈਸ ਹੋਈਗੀ ਵੀਜ਼ਾ ਰਿਫਿਊਜ਼ ਤੀਜੇ ਜਨ ਕੋ ਗਿਆ ਜੀ ਉਹ ਕਹਿੰਦਾ ਕਾਮਨ ਸਟੂਡੈਂਟ ਸੀਗਾ ਤੈਨੂੰ ਕੰਪਿਊਟਿੰਗ ਸਪੋਰਟ ਪ੍ਰੋਗਰਾਮ ਮਿਲਿਆ ਜਿਹਦੇ ਕਰਕੇ ਤੇਰਾ ਵੀਜ਼ਾ ਰਿਫਿਊਜ਼ ਹੋਇਆ ਸੋ ਉਸ ਬੰਦੇ ਨੇ ਕੀ ਕੀਤਾ ਕਿ 1 ਸਾਲ ਦਾ ਡਿਪਲੋਮਾ ਬਣਵਾਤਾ ਬਿਜ਼ਨਸ ਐਡਮਨ ਦਾ ਡਿਪਲੋਮਾ ਅਰੇਂਜ ਕਰਨ ਤੋਂ ਬਾਅਦ ਐਪਲੀਕੇਸ਼ਨ ਕੀਤੀ ਹੈ ਜੀ ਯਾਕ ਵੈਲੀ ਯੂਨੀਵਰਸਿਟੀ ਦੇ ਵਿੱਚ ਬਿਜ਼ਨਸ ਐਡਮਨ ਪ੍ਰੋਗਰਾਮ ਦਿੱਤਾ ਵੀਜ਼ਾ ਰਿਫਿਊਜ਼ ਚੌਥੇ ਏਜੰਟ ਨੇ ਥੌਮਸਨ ਰਿਵਰ ਯੂਨੀਵਰਸਿਟੀ ਦਿੱਤੀ ਜੀ ਜਿਹਦੇ ਵਿੱਚ ਬੈਚਲਰ ਆਫ ਟੂਰਿਜ਼ਮ ਲੈ ਕੇ ਦਿੱਤਾ ਵੀਜ਼ਾ ਰਿਫਿਊਜ਼ ਪੰਜਵੀਂ ਵਾਰ ਸੇਮ ਯੂਨੀਵਰਸਿਟੀ ਦੇ ਕਿਸੇ ਅਦਰ ਏਜੰਟ ਨੇ ਅਪਲੀਕੇਸ਼ਨ ਪ੍ਰੋਸੈਸ ਕੀਤੀ ਪੰਜਵੀਂ ਵਾਰ ਵੀਜ਼ਾ ਰਿਫਿਊਜ਼ ਇੱਕ ਕਾਮਰਸ ਵਾਲਾ ਬੱਚਾ ਸਟਾਰਟਿੰਗ ਜਦੋਂ ਏਜੰਟ ਕੋ ਜਾਂਦਾ ਜੀ ਦੋਨਾਂ ਨੇ ਵੀਜ਼ਾ ਅਪਲੀਕੇਸ਼ਨ ਪ੍ਰੋਸੈਸ ਕੀਤੀ ਕੰਪਿਊਟਿੰਗ ਸਪੋਰਟ ਦੇ ਵਿੱਚ ਜਿਹਦੇ ਵਿੱਚ ਵੀਜ਼ਾ ਗ੍ਰਾਂਟ ਨਹੀਂ ਹੋਏਗਾ ਕਾਮਰਸ ਵਾਲਾ ਬੱਚਾ ਉਹਦੀ ਰੈਲੇਵੈਂਸੀ ਹੀ ਨਹੀਂ ਬੰਦੀ ਆਬਵੀਅਸੀ ਗੱਲ ਹੈ ਵੀਜ਼ਾ ਰਿਫਿਊਜ਼ ਹੋਣਾ ਸੀਗਾ ਤੀਜਾ ਬੰਦਾ ਆਇਆ ਉਹਨੇ ਉਸ ਬੱਚੇ ਨੂੰ ਮਨਾ ਨਹੀਂ ਕੀਤਾ ਆਪਣੇ ਲਾਲਚ ਨੂੰ ਅੱਗੇ ਕਰਦੇ ਹੋਏ ਡਿਪਲੋਮਾ ਰੇਂਜ ਕੀਤਾ ਉਹਦੇ 'ਚ ਪੈਸੇ ਕਮਾਏ ਐਪਲੀਕੇਸ਼ਨ ਨੂੰ ਦੁਬਾਰਾ ਪ੍ਰੋਸੈਸ ਕੀਤਾ ਵੀਜ਼ਾ ਰਿਫਿਊਜ਼ ਕਿਉਂਕਿ ਬੱਚੇ ਦੀ ਰਿਫਿਊਜ਼ਲ ਆਈ 2022 ਦੇ ਵਿੱਚ ਬਟ ਡਿਪਲੋਮਾ ਰੇਂਜ ਹੋਇਆ 2021 ਦਾ ਇਸ ਗੱਲ ਦਾ ਫੇਰ ਮੈਂ ਸਟੂਡੈਂਟ ਨੂੰ ਗਿਆ ਕਿ ਸ਼ੁਕਰ ਕਰ ਕੀ ਤਰ੍ਹਾਂ ਵੀਜ਼ਾ ਐਪਲੀਕੇਸ਼ਨ ਪ੍ਰੋਸੈਸਿੰਗ ਦੇ ਵਿੱਚ ਐਪਲੀਕੇਸ਼ਨ ਨੂੰ ਬੈਨ ਨਹੀਂ ਕੀਤਾ ਗਿਆ ਲੱਕੀਲੀ ਆਫੀਸਰ ਦੇ ਵੀ ਦਿਮਾਗ 'ਚ ਨਹੀਂ ਆਈ ਯਾ ਬਿਜ਼ੀ ਹੋਣ ਕਰਕੇ ਚੈੱਕ ਨਹੀਂ ਕਰ ਪਾਇਆ ਅਗੇਨ ਐਪਲੀਕੇਸ਼ਨ ਜਿਹੜੇ ਚੌਥੇ ਏਜੰਟ ਨੇ ਕੀਤੀ ਹੈ ਜੀ ਕਾਮਰਸ ਵਾਲਾ ਬੱਚਾ ਬੈਚਲਰ ਆਫ ਟੂਰਿਜ਼ਮ ਲੈ ਕੇ ਦਿੱਤਾ ਅਗਰ ਬੱਚੇ ਨੇ ਬਿジネス ਪੜਿਆ ਅਕਾਊਂਟੈਂਸੀ ਪੜ੍ਹੀ ਇਕਨੋਮਿਕਸ ਪੜ੍ਹੀ ਐ ਸੋ ਟੂਰਿਜ਼ਮ ਮੇਰੇ ਸਾਬ ਨਾਲ ਵਿੱਚ ਵੀਜ਼ਾ ਨਹੀਂ ਗਰਾਂਟ ਹੋਏਗਾ ਪੰਜਵੀਂ ਵਾਰ ਅਗੇਨ ਹਰ ਇੱਕ ਏਜੰਟ ਨਹੀਂ ਦਲਾ ਸਕਦਾ ਤੁਹਾਡਾ ਵੀਜ਼ਾ ਗਰਾਂਟ ਹੋ ਜਾਊਗਾ ਵੀਜ਼ਾ ਗਰਾਂਟ ਹੋ ਜਾਊਗਾ ਬਟ ਪੰਜਾਂ ਵਾਰ ਸਟੂਡੈਂਟ ਦੇ ਹੱਥ ਆਈ ਵੀਜ਼ਾ ਰਿਫਿਊਜ਼ਲ ਸੋ ਆਪਣਾ ਏਜੰਟ ਬੜਾ ਤਰੀਕੇ ਨਾਲ ਚੂਜ਼ ਕਰੋ ਸੈਕਿੰਡ ਕੇਸ ਡਿਸਕਸ ਕਰਨਾ ਚਾਹੁੰਗਾ ਜੀ +2 2019 ఫిజిక్స్ కెమిస్ట్రీ మ్యాథమెటిక్స్ ਦੇ ਨਾਲ 6.5 ਬੈਂਡਸ ਤੇ ਡੀਸੀਏ ਕੀਤਾ ਬੱਚੇ ਨੇ 2021 ਦੇ ਵਿੱਚ ਸੇਂਟ ਕਲੈਰ ਕਾਲਜ ਦਿੱਤਾ ਜੀ ਏਜੰਟ ਨੇ ਕੋਰਸ ਦਿੱਤਾ ਜੀ ਬਿਜ਼ਨਸ ਐਡਮਨ ਵੀਜ਼ਾ ਰਿਫਿਊਜ਼ ਸੋ ਕੋਰਸ ਦੀ ਰੈਲੇਵੈਂਸੀ ਬੜੀ ਜ਼ਰੂਰੀ ਹੈ ਜੀ ਜਿੱਦਾਂ ਹੁਣ ਦਖਾਨ ਦਾ ਰੀਜ਼ਨ ਇਹ ਰਿਹਾ ਕਿ ਜਿਹੜੇ ਇਹ ਵਿਦਿਆਰਥੀ ਹੈ ਏਜੰਟ ਦੇ ਚਾਂਸਿਆਂ 'ਚ ਆਏ ਉਤੋਂ ਏਜੰਟ ਨੇ ਕਿਹਾ ਜੀ ਤੁਹਾਡੇ ਨਾਲ ਪੈਕੇਜ ਕੀਤਾ ਮੈਂ ਮੈਨੂੰ ਪਤਾ ਕਿਹੜਾ ਕੋਰਸ ਲੈ ਕੇ ਦੇਣਾ ਸੋ ਸੇਮ ਕੋਰਸ ਦੇ ਵਿੱਚ ਵੀਜ਼ਾ ਰਿਫਿਊਜ਼ ਹੋਇਆ ਕੰਸਲਟੈਂਟ ਦੀ ਚੋਣ ਬੜੇ ਤਰੀਕੇ ਨਾਲ ਕਰੋ ਜੀ ਕੋਰਸ ਰਿਲੇਵੈਂਟ ਹੋਏਗਾ ਤੇ ਕੈਨੇਡਾ ਵੀਜ਼ਾ ਦਿੰਦਾ ਅਦਰਵਾਈਜ਼ ਕੈਨੇਡਾ ਵੀਜ਼ਾ ਨਹੀਂ ਦਿੰਦਾ ਸੋ ਜੇਕਰ ਆਪਣੀ ਐਪਲੀਕੇਸ਼ਨ ਤੁਸੀਂ ਪ੍ਰੋਸੈਸ ਕਰਨਾ ਚਾਹੁੰਦੇ ਹੋ ਕੈਨੇਡਾ ਦੇ ਵਿੱਚ ਪਹਿਲੇ ਆਪਣੀ ਐਜੂਕੇਸ਼ਨ ਨੂੰ ਦੇਖੋ ਕਿ ਤੁਹਾਡੀ ਐਜੂਕੇਸ਼ਨ ਕੀ ਹੈਗੀ ਹੈ ਮੇਜਰਸ ਦੇ ਵਿੱਚ ਕਿੰਨੇ ਪਰਸੈਂਟੇਜ ਤੁਹਾਡੀ ਹੈਗੀ ਹੈ ਉਹਦੇ ਅਕੋਰਡਿੰਗਲੀ ਕੋਰਸ ਲੈ ਕੇ ਜਾਓ ਜਿਹਦੇ ਵਿੱਚ ਵੀਜ਼ਾਸ ਗ੍ਰਾਂਟ ਹੋਣਗੇ ਧੰਨਵਾਦ